ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਨੰਦਪੁਰ ਵਿੱਚ ਸਿੱਖ ਸੰਗਤਾਂ ਨੇ ਆਪੋ ਆਪਣੇ ਡੇਰਿਆਂ ਵਿੱਚ ਲੰਗਰ ਲਾਏ ਹੋਏ ਸਨ ਜਦੋਂ ਗੁਰੂ ਜੀ ਨੇ ਇਹਨਾਂ ਦੀ ਸੋਭਾ ਸੁਣੀ ਕਿ ਗੁਰੂ ਕੀ ਨਗਰੀ ਵਿੱਚ ਆਉਣ ਵਾਲਾ ਕੋਈ ਵੀ ਰੋਟੀ ਤੋਂ ਭੁੱਖਾ ਨਹੀਂ ਰਹਿੰਦਾ ਤਾਂ ਇੱਕ ਰਾਤ ਸਮੇਂ ਗੁਰੂ ਜੀ ਆਪ ਇੱਕ ਗਰੀਬੜੇ ਸਿੱਖ ਦਾ ਭੇਸ ਧਾਰ ਕੇ ਇਹਨਾਂ ਦੀ ਪ੍ਰੀਖਿਆ ਕਰਨ ਵਾਸਤੇ ਤੁਰ ਪਏ ਇੱਕ ਸਿੱਖ ਦੇ ਡੇਰੇ ਜਾ ਕੇ ਆਪ ਜੀ ਨੇ ਕਿਹਾ ਕਿ ਸਾਨੂੰ ਬਹੁਤ ਭੁੱਖ ਲੱਗੀ ਹੈ ਛੇਤੀ ਭੋਜਨ ਕਰਾਓ ਉਸ ਸਿੱਖ ਨੇ ਕਿਹਾ ਕਿ ਕੁਝ ਚਿਰ ਬੈਠ ਜਾਓ ਭੋਜਨ ਤਿਆਰ ਹੋ ਰਿਹਾ ਹੈ ਮਿਲ ਜਾਏਗਾ ਉਸ ਤੋਂ ਹਟ ਕੇ ਗੁਰੂ ਜੀ ਦੂਜੇ ਸਿੱਖ ਦੇ ਡੇਰੇ ਚਲੇ ਗਏ ਅਤੇ ਭੋਜਨ ਮੰਗਿਆ ਤਾਂ ਉਸ ਨੇ ਕਿਹਾ ਕਿ ਦਾਲ ਪਾਜੀ ਤਿਆਰ ਹੋ ਰਹੀ ਹੈ ਫਿਰ ਆਣ ਕੇ ਭੋਜਨ ਸ਼ੱਕ ਲੈਣਾ ਫਿਰ ਆਪ ਜੀ ਤੀਜੇ ਚੌਥੀ ਸਿੱਖਾਂ ਦੀ ਡੇਰੀ ਭੋਜਨ ਲੈਣ ਵਾਸਤੇ ਗਈ ਤਾਂ ਇੱਕ ਨੇ ਕਿਹਾ ਕਿ ਅਨੰਦ ਸਹਿਬ ਦਾ ਪਾਠ ਤੇ ਅਰਦਾਸ ਕਰਕੇ ਫਿਰ ਲੰਗਰ ਵਰਤੇਗਾ ਦੂਜੇ ਨੇ ਕਿਹਾ ਕਿ ਸਾਰੀ ਸੰਗਤ ਇਕੱਠੀ ਹੋ ਜਾਏਗੀ ਤਾਂ ਪੰਗਤਾ ਲਾ ਕੇ ਲੰਗਰ ਵਰਤਾਇਆ ਜਾਵੇਗਾ ਆਪ ਬੈਠ ਜਾਓ ਸੰਗਤ ਇਕੱਠੀ ਹੋ ਲਵੇ ਉਸ ਉਪਰੰਤ ਆਪ ਜੀ ਨੇ ਭਾਈ ਨੰਦ ਲਾਲ ਦੀ ਡੇਰੇ ਜਾ ਕੇ ਭੋਜਨ ਮੰਗਿਆ ਤਾਂ ਭਾਈ ਨੰਦ ਲਾਲ ਜੀ ਨੇ ਜੋ ਕੁਝ ਤਿਆਰ ਸੀ ਗੁਰੂ ਜੀ ਅੱਗੇ ਲਿਆ ਕੇ ਰੱਖ ਦਿੱਤਾ ਗੁਰੂ ਜੀ ਛੱਕ ਕੇ ਬੜੇ ਪ੍ਰਸੰਨ ਹੋਏ ਅਤੇ ਆਪਣੇ ਮਹਿਲਾ ਵਿੱਚ ਆ ਗਏ ਦੂਜੇ ਦਿਨ ਜਦੋਂ ਫੇਰ ਸਿੱਖਾਂ ਦੇ ਲੰਗਰ ਦੀਆਂ ਗੱਲਾਂ ਛਿੜੀਆਂ ਤਾਂ ਗੁਰੂ ਜੀ ਨੇ ਆਪਣੀ ਰਾਤ ਦੀ ਸਾਰੀ ਵਾਰਤਾ ਸੁਣਾ ਕੇ ਦੱਸਿਆ ਕਿ ਸਾਨੂੰ ਕੇਵਲ ਭਾਈ ਨੰਦ ਲਾਲ ਦੇ ਲੰਗਰ ਤੋਂ ਹੀ ਭੋਜਨ ਮਿਲਿਆ ਹੈ ਬਾਕੀ ਸਭ ਨੇ ਕੋਈ ਨਾ ਕੋਈ ਗੱਲ ਕਰਕੇ ਸਾਨੂੰ ਲੰਗਰ ਨਹੀਂ ਛਕਾਇਆ ਜਿਹੜਾ ਸਿੱਖ ਭੁੱਖੇ ਨੂੰ ਜਲਦੀ ਹੀ ਭੋਜਨ ਦੇਣ ਦਾ ਯਤਨ ਕਰਦਾ ਹੈ ਉਹੀ ਸਿੱਖ ਸਾਨੂੰ ਪਿਆਰਾ ਹੈ ਭੁੱਖੇ ਨੂੰ ਅੰਨ ਜਲ ਦੇਣ ਨਾਲ ਪ੍ਰਾਣ ਬਚ ਜਾਂਦੇ ਹਨ ਉਸ ਦਾ ਪੁੰਨ ਫਲ ਸਾਰੇ ਦਾਨਾਂ ਨਾਲੋਂ ਬਹੁਤਾ ਹੈ ਗੁਰੂ ਜੀ ਪਾਸੋਂ ਅੰਨ ਦਾਨ ਦੀ ਮਹਿਮਾ ਸੁਣ ਕੇ ਸਭ ਨੇ ਪ੍ਰਣ ਕਰ ਲਿਆ ਕਿ ਅੱਗੇ ਤੋਂ ਕਿਸੇ ਨੂੰ ਵੀ ਭੁੱਖਾ ਨਹੀਂ ਮੋੜਿਆ ਜਾਵੇਗਾ ਸੋਸਾਲ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ